ਹਿੰਦੂ ਸੰਗਠਨ ਦੇ ਨਾਲ ਜੁੜੇ ਹੋਏ ਇੱਕ ਹੋਰ ਲੀਡਰ ਤੇ ਫਾਇਰਿੰਗ ਹੋਈ ਹੈ। ਇਹ ਰਿਕਸ਼ਾ ਆਟੋਮੋਬਾਈਲ ਦੀ ਏਜੰਸੀ ਦੇ ਵਿੱਚ ਆ ਕੇ ਇਸ ਤੇ ਗੋਲੀਆਂ ਚਲਾਈਆਂ ਗਈਆਂ ਨੇ। ਇੱਕ ਗੋਲੀ ਇਸ ਤੇ ਵੱਜੀ ਜਿਸ ਤੋਂ ਬਾਅਦ ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਫਾਇਰਿੰਗ ਹੋਈ ਹੈ। ਰਾਸ਼ਟਰੀ ਭਗਵਾ ਸੈਨਾ ਦੇ ਵਾਈਸ ਪ੍ਰਧਾਨ ਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਦੋ ਨੌਜਵਾਨ ਕੈਮਰੇ ਦੇ ਵਿੱਚ ਕੈਦ ਹੋਏ ਨੇ। ਕੁਝ ਹੀ ਸੈਕਿੰਡਾਂ ਦੇ ਵਿੱਚ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅੰਮ੍ਰਿਤਸਰ ਤੇ ਮਜੀਠਾ ਰੋਡ ਤੇ ਰਾਸ਼ਟਰੀ ਭਗਵਾ ਸੈਨਾ ਦੇ ਵਾਈਸ ਪ੍ਰਧਾਨ ਤੇ ਹਮਲਾ ਕੀਤਾ ਗਿਆ। ਅਣਪਛਾਤਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇੱਕ ਗੋਲੀ ਬਾਂਹ ਦੇ ਵਿੱਚ ਵੱਜੀ ਜਿਸ ਤੋਂ ਬਾਅਦ ਇਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਵਾਰਦਾਤ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿੱਚ ਰੋਸ ਦੀ ਲਹਿਰ ਹੈ। ਉਹਨਾਂ ਦੇ ਵੱਲੋਂ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਮੇਰਾ ਮਜੀਠਾ ਰੋਡ ਦੇ ਉੱਤੇ ਈ ਰਿਕਸ਼ਿਆਂ ਦੀ ਪ੍ਰਵੀਨ ਆਟੋਮੋਬਾਈਲ ਦੀ ਏਜੰਸੀ ਆ, ਅਤੇ ਮੈਂ ਇੱਕ ਸਾਲ ਤੋਂ ਉੱਥੇ ਆਪਣੀ ਏਜੰਸੀ ਚਲਾ ਰਿਹਾ ਵਾਂ। ਅਤੇ ਮੇਰੀ ਨਾਂ ਇਹਨਾਂ ਰੰਦਸ ਆ, ਮੈਂ ਪਾਰਟੀ 'ਚ ਹੈਗਾ ਵਾਂ, ਸ਼ਿਵ ਸੈਨਾ ਭੰਗਵਾ ਦਵੇਸਰ ਜੀ ਦੇ ਨਾਲ, ਪਾਰਟੀ ਸਾਰਿਆਂ ਦੇ ਨਾਲ। ਅਤੇ ਨਾ ਮੇਰਾ ਕਿਸੇ ਨਾਲ ਕੋਈ ਵੈਰ, ਨਾ ਵਿਰੋਧ ਕਿਸੇ ਨਾਲ। ਮੈਂ ਮਾਰਕੀਟ ਦੇ ਵਿੱਚ ਸਾਰਿਆਂ ਨਾਲ ਬੜਾ ਮਿਲ ਗਿਲ ਕੇ ਰਹੀਦਾ ਵਾ। ਕੱਲ੍ਹ ਕੋਈ 9:15 ਦਾ ਟਾਈਮ ਸੀ, ਕੋਈ ਚਾਰ ਜਣੇ ਆਏ ਨੇ, ਦੋ ਜਣੇ ਮੋਟਰਸਾਈਕਲ 'ਤੇ ਬਾਹਰ ਆ, ਤਾਂ ਦੋ ਜਣੇ 9:15 ਅੰਦਰ ਆ ਗਏ, ਜਿਨ੍ਹਾਂ ਨੇ ਪਰਨੇ ਬੰਨੇ, ਮੂੰਹ 'ਤੇ ਰੁਮਾਲ ਬੰਨੇ ਹੋਏ ਸੀ। ਅਤੇ ਉਹ ਜਦੋਂ ਅੰਦਰ ਆਏ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀਰ ਜੀ ਦੱਸੋ, ਅਤੇ ਉਹਨਾਂ ਕੋਲ ਪਿਸਟਲ ਹੀ, ਉਹਨਾਂ ਨੇ ਆਉਂਦਿਆਂ ਹੀ ਕੋਈ ਗੱਲ ਨਹੀਂ ਕੀਤੀ, ਕੋਈ ਆਉਂਦਿਆਂ ਹੀ ਬਸ ਸਿੱਧਾ ਉਹਨਾਂ ਨੇ ਇੱਕ ਫੈਲ ਜਦੋਂ ਮੇਰੇ ਮਾਰਿਆ ਨਾ ਪਿਸਟਲ ਕੱਢ ਕੇ, ਅਤੇ ਮੈਨੂੰ ਜਦੋਂ ਨਾ ਫੈਲ ਮਾਰਿਆ ਤਾਂ ਮੈਂ ਥੋੜ੍ਹਾ ਜਿਹਾ ਸਾਈਡ 'ਤੇ ਮੋਢਾ ਕਰਤਾ, ਤਾਂ ਗੋਲੀ, ਪਹਿਲੀ ਗੋਲੀ ਜਿਹੜੀ ਮੇਰੇ ਨਾ ਵੱਜ ਗਈ ਇੱਥੇ ਥੱਲੇ, ਉਹ ਗੋਲੀ ਅੰਦਰ ਆ ਕੇ ਸਾਈਡ 'ਤੇ ਇੱਧਰ ਆ ਗਈ, ਇੱਧਰੋਂ ਵੱਜ। ਫਿਰ ਉਹਨਾਂ ਦੂਸਰੀ ਗੋਲੀ ਪਿਸਟਲ ਹੀ ਉਹਨਾਂ ਕੋਲ, ਦੂਸਰੀ ਗੋਲੀ ਮਾਰੀ ਉਹਨਾਂ ਨੇ, ਅਤੇ ਉਹ ਮੇਰੇ ਵੱਜੀ ਨਹੀਂ ਲਾਗੋ ਇੰਨਾ ਗਈ ਹੈ। ਅਤੇ ਤਿੰਨ ਫੈਲ ਕੀਤੇ ਉਹਨਾਂ ਨੇ, ਮੈਂ ਆਪਣੇ ਕਾਊਂਟਰ 'ਤੇ ਲੱਗ ਗਏ, ਮੈਂ ਬਹਿ ਗਿਆ ਥੱਲੇ। ਉਹ ਕੋਈ ਬਹੁਤਾ ਟਾਈਮ ਨਹੀਂ, 5 ਸਕਿੰਟ ਦਾ, ਵੱਧ ਤੋਂ ਵੱਧ 6 ਸਕਿੰਟ ਦਾ ਟਾਈਮ ਹੋਊਗਾ। ਇੱਕ ਮੁੰਡਾ ਬਾਹਰ ਗੇਟ ਲਾ ਕੇ ਖਲੋਤਾ ਸੀ ਏਜੰਸੀ ਦੇ, ਅੰਦਰ ਆਣ ਕੇ ਇੱਕ ਅੱਗੇ ਆਇਆ ਵਾ, ਉੱਥੋਂ ਦਬਾ ਦਬ ਮਾਰ ਕੇ ਫੈਲ ਮਾਰ ਕੇ ਅਤੇ ਨਿਕਲ ਗਿਆ। ਮੇਰੇ ਕੋਲ ਕੰਮ ਕਰਦਾ ਬੱਬੂ ਨਾਮ ਦਾ ਮੁੰਡਾ, ਉਹ ਜਦੋਂ ਫੈਲਿੰਗ ਹੋਈ ਤਾਂ ਉਹਨੇ ਮੈਨੂੰ ਪੁੱਛਿਆ, ਮੈਂ ਹਾਂ ਬੱਬੂ ਠੀਕ ਹੈ, ਕਹਿੰਦਾ ਮੈਂ ਠੀਕ ਹਾਂ, ਕਹਿੰਦਾ ਭਾਅ ਜੀ ਉਹ ਚੱਲ ਗਿਆ। ਜਦੋਂ ਮੈਂ ਆਪਣੇ ਆਪ ਨੂੰ ਝਾਤੀ ਮਾਰੀ ਤਾਂ ਲਗਭਗ ਖੂਨ ਨਾਲ ਮੈਂ ਨਹਿਰ ਨੂੰ ਚੜਿਆ ਪਿਆ, ਸਲਟ ਮੇਰੀ ਸਾਰੀ ਭਰੀ ਪਈ। ਚਲੋ ਜੀ, ਮੈਂ ਫਿਰ ਘਰਦਿਆਂ ਨਾਲ ਆਪਣਿਆਂ ਦੇ ਨਾਲ ਲੈ ਗਏ ਅਤੇ ਇੱਥੇ ਗੁਰੂ ਨਾਨਕ ਹੋਸਪਿਟਲ 'ਚ ਸਿੱਧਾ ਆ ਗਿਆ। ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਨਾ ਕੋਈ ਮੇਰਾ ਕਿਸੇ ਨਾਲ ਕੋਈ ਵੈਰ, ਨਾ ਵਿਰੋਧ, ਕਿ ਇੱਕ ਬੰਦਾ ਆਪਣਾ ਕਾਰੋਬਾਰ ਕਮਾਈ ਦਾ ਅਵਲ ਤਾਂ ਕੰਮ ਨਹੀਂ ਸੈੱਟ ਹੁੰਦੇ, ਜੇ ਬੰਦਾ ਮਿਹਨਤ ਕਰਦਾ ਵਾ, ਜੇ ਰੋਟੀ ਚੰਗੀ, ਕੋਈ 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 ਵੀਰ ਜੀ ਰੰਦਸਬਾਜ਼ੀ ਨਹੀਂ ਹੋਈ, ਨਾ ਲੁੱਟ ਖੋਹ ਕਰਨ ਵੀ ਨਹੀਂ ਆਏ ਉਹ। ਜੇ ਲੁੱਟ ਖੋਹ ਕਰਨ ਆਉਂਦੇ ਤਾਂ ਨਾ ਮੈਨੂੰ ਆਉਂਦਿਆਂ ਗੋਲੀ ਨਹੀਂ ਮਾਰਨੀ, ਜਾਂ ਪੈਸੇ ਮੰਗਣੇ ਜਾਂ ਉਹਨਾਂ ਨੇ ਡਿਮਾਂਡ ਕਰਨੀ।
ਅੰਦਰ ਆਉਣ ਦਾ ਮੇਰੇ ਲਾਗੇ ਮਾਰਕੀਟ 'ਚ ਕੈਮਰੇ ਲੱਗੇ ਆ, ਉਹਨਾਂ ਜਿਨ੍ਹਾਂ ਦੀਆਂ ਤਸਵੀਰਾਂ ਆਈਆਂ ਵਾ, ਉਹ ਜਿਹੜੀਆਂ ਉਹਨਾਂ ਦੀਆਂ ਸਲੈਬ ਵੀਡੀਓ ਮੈਨੂੰ ਵੀ ਭੇਜਤੀਆਂ ਗਵਾਂਢੀ ਨੇ। ਨਹੀਂ, ਮੇਰੇ ਪਹਿਚਾਣ 'ਚ ਮੂੰਹ ਬੰਨੇ ਸੀ, ਪਹਿਚਾਣ 'ਚ ਨਹੀਂ ਆਉਂਦਾ ਮੇਰੇ। ਹਾਂਜੀ ਹਾਂਜੀ, ਆ ਚੁੱਕੀ। ਇਸ ਸੰਬੰਧੀ ਕੋਈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਜੀ? ਕੀਤੀ ਆ ਜੀ। ਆਪਣੇ ਕੀ ਕਾਰਵਾਈ ਬਾਰੇ ਪੁਲਿਸ ਨੇ ਕੀ ਕਹਿ ਰਿਹਾ? ਇਹ ਆਪਣੇ ਸਵੇਰੇ ਡਿਪਟੀ ਸਾਹਿਬ ਵੀ ਆਏ ਸੀ ਅਤੇ ਉਹਨਾਂ ਵੀ ਇਹੋ ਭਰੋਸਾ ਦਿੱਤਾ ਵਾ ਕਿ ਅਸੀਂ ਅੱਜ ਦੇ ਦਿਨ ਜਾਂ ਕੱਲ੍ਹ ਦੇ ਦਿਨ ਤੱਕ ਸਾਨੂੰ ਪਤਾ ਲੱਗ ਗਿਆ ਵਾ ਉਸ ਤਹਿ ਤੱਕ, ਅਤੇ ਕੱਲ੍ਹ ਤੱਕ ਬੰਦੇ ਅਸੀਂ ਅਰੈਸਟ ਕਰ ਲਾਂਗੇ। ਤੁਹਾਡੇ ਰਾਸ਼ਟਰੀ ਭਗਵਾ ਸੈਨਾ ਦੇ ਪੰਜਾਬ ਪ੍ਰਧਾਨ ਕੌਣ ਨੇ? ਸਾਡੇ ਦਵੇਸਰ ਜੀ ਪੰਗਜ ਜੀ ਪਤਾ ਲੈਣ ਆਏ ਤੁਹਾਡਾ ਹਾਲ ਚਾਲ? ਬਿਲਕੁਲ ਬਿਲਕੁਲ ਜੀ, ਉਹਨਾਂ ਨੂੰ ਜਦੋਂ ਮੈਂ ਫੋਨ ਕੀਤਾ ਉਸ ਵੇਲੇ ਸਾਰੀਆਂ ਪਾਰਟੀਆਂ ਆਉਂਦੀਆਂ ਜੀ ਆਪਣੀ। ਹੁਣ ਤੁਸੀਂ ਕੀ ਮੰਗ ਕਰਦੇ ਜੀ? ਮੈਂ ਤਾਂ ਇਹੋ ਮੰਗ ਕਰਦਾ ਜੀ, ਪਹਿਲੇ ਨੰਬਰ 'ਤੇ ਤਾਂ ਵੇਖੋ ਜੀ, ਮੈਂ ਤਾਂ ਕਾਰੋਬਾਰ ਆਪਣਾ ਕਰਨਾ ਹੀ ਆ, ਬੱਚੇ ਪਾਲਣੇ ਆ। ਜੇ ਮੈਂ ਕਾਰੋਬਾਰ ਨਾ ਕਰੂੰਗਾ ਮੈਂ ਤਾਂ ਵਿਹਲਾ ਬਹਿ ਜੂੰਗਾ, ਅਤੇ ਮੈਂ ਇਹੋ ਹੀ ਮੰਗ ਕਰਦਾ ਵਾਂ ਕਿ ਕਮਿਸ਼ਨ ਸਾਹਿਬ ਕੋਲ, DGP ਵੱਲੋਂ, ਆਪਣੀ ਪਾਰਟੀ ਵੱਲੋਂ ਵੀ, ਕਿ ਮੈਨੂੰ ਤਾਂ ਇੱਕ ਮੇਰੇ 'ਤੇ ਫਿਰ ਵੀ ਹਮਲਾ ਕਰ ਸਕਦੇ, ਅੱਗੇ ਵੀ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ ਮੇਰਾ, ਕੋਈ ਨਾਮ ਮੇਰੀ ਕੋਈ ਰੰਧ ਦੱਸਿਆ ਨਾ ਕੋ ਹੋਇਆ, ਕਿ ਮੈਨੂੰ ਸਕਿਉਰਟੀ ਦਿੱਤੀ ਜਾਵੇ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਸਾਰਿਆਂ ਨੂੰ ਅਪੀਲ ਕਰਦਾ ਵਾਂ। ਜੇ ਨਹੀਂ ਤਾਂ ਮੈਨੂੰ ਆਪਣੀ ਰਕਸ਼ਾ ਵਾਸਤੇ ਕੋਈ ਮੈਨੂੰ ਲਾਇਸੈਂਸੀ ਕੋਈ ਮੈਨੂੰ ਦਿੱਤਾ ਜਾਵੇ ਕੋਈ। ਤੁਸੀਂ ਆਪਣੀ ਸੇਫਟੀ ਵਾਸਤੇ ਕੁਛ? ਬਿਲਕੁਲ ਬਿਲਕੁਲ ਜੀ, ਸਕਿਉਰਟੀ ਮੰਗਦੇ ਜੀ? ਬਿਲਕੁਲ ਜੀ, ਕਿਉਂਕਿ ਕੱਲ੍ਹ ਜਿੱਦਾਂ ਮੇਰੇ ਨਾਲ, ਮੈਂ ਤਾਂ ਮੇਰਾ ਦੂਜਾ ਜਨਮ ਆ, ਕੱਲ੍ਹ ਤਾਂ ਮੈਨੂੰ ਮਾਰ ਕੇ ਸੁੱਟ ਗਏ ਆ। ਕੱਲ੍ਹ ਕਿੰਨੇ ਟਾਈਮ ਦੀ ਘਟਨਾ ਇਹ? ਕੱਲ੍ਹ ਕੋਈ 9 ਤੋਂ 9:20 ਦੇ ਲਾਗੇ ਤਾਗੇ, 9:15 ਦਾ ਟਾਈਮ, ਰਾਤ ਦੇ ਟਾਈਮ 9:20 ਦੇ। ਹਾਂਜੀ ਹਾਂਜੀ, ਉਸ ਟਾਈਮ ਹੀ ਤੁਸੀਂ ਫਿਰ ਹਸਪਤਾਲ ਆ ਗਏ? ਦੇਖੋ ਜੀ, ਮੈਂ ਉਸੇ ਵੇਲੇ ਆ ਗਿਆ ਜਦੋਂ ਮੈਂ ਵੇਖਿਆ ਕਿ ਮੈਨੂੰ ਇਹ ਨਹੀਂ ਪਤਾ ਲੱਗਾ, ਮੇਰੇ 3 ਫਾਇਲ ਕੀਤੇ ਉਹਨਾਂ ਨੇ ਕਿ ਮੇਰੇ 1 ਵਜਾ ਕਿ ਜਾਂ 3 ਐਂ ਲੱਗਦੇ ਸੀ ਕਿ ਮੇਰੇ ਮਤਲਬ 3 ਹੀ ਵਜੇ ਆ, ਕਿਉਂਕਿ ਉਹਨਾਂ ਨੇ ਕੋਈ 10 ਕੁ ਫੁੱਟ ਦੀ ਦੂਰੀ ਤੋਂ ਫਾਇਲ ਮਾਰੇ ਆ। ਬਾਅਦ 'ਚ ਜਦੋਂ ਫਿਰ ਡਾਕਟਰਾਂ ਨੇ ਚੈੱਕ ਕੀਤਾ, ਉਹਨਾਂ ਨੇ ਦੱਸਿਆ ਕਿ ਇੱਕ ਗੋਲੀ ਜਿਹੜੀ ਆ ਵਿੱਚ ਅੰਦਰ ਹੀ ਆ, ਇੱਥੋਂ ਵੱਜੀ ਆ, ਇੱਧਰ ਸਾਈਡ 'ਤੇ ਆ ਗਈ ਆ। ਅਤੇ ਮੈਂ ਤਾਂ ਫਿਰ ਮੈਂ ਇਹੋ ਹੀ ਸਰਕਾਰ ਤੋਂ ਵੀ ਅਤੇ ਭਗਵੰਤ ਮਾਨ ਕੋਲ ਇਹੋ ਮੰਗ ਕਰਦਾ ਵਾਂ ਕਿ ਜਿਹੜਾ ਕੋਈ ਵੀ ਆ, ਇਹ ਨਹੀਂ ਕਿ ਕੋਈ ਪਾਰਟੀ, ਉੱਦਾਂ ਵੀ ਕੋਈ ਜਿਹੜਾ ਆਪਣਾ ਕੋਈ ਕਾਰੋਬਾਰ ਆ, ਇਹਨਾਂ ਦੀ ਸਰਕਾਰਾਂ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਕਿ ਉਹਨਾਂ ਨੂੰ, ਉਹਨਾਂ ਦਾ ਖਿਆਲ ਰੱਖਣ, ਕਿ ਜਿਨ੍ਹਾਂ ਨੂੰ ਨਜਾਇਜ਼ ਹੀ ਨਾ ਕੋਈ ਰੰਧਸ, ਨਾ ਕੋਈ ਲੈਣਾ, ਨਾ ਕੋਈ ਦੇਣਾ, ਜਾਂ ਕਿਸੇ ਦਾ ਮੇਰਾ ਕੋਈ ਲੈਣਾ ਦੇਣਾ ਵਾ, ਫਿਰ ਚਲੋ ਹੁੰਦਾ ਵਾ, ਨਾ ਮੇਰੀ ਰੰਧਸ ਆ ਕਿਸੇ ਨਾਲ, ਕਿ ਨਜਾਇਜ਼ ਉਹਨਾਂ ਨੇ ਆਣ ਕੇ ਮੇਰੇ 'ਤੇ ਹਮਲਾ ਕੀਤਾ ਵਾ। ਮੈਨੂੰ ਤਾਂ ਇਹੋ ਕਹਿੰਦਾ ਕਿ ਮੈਨੂੰ ਜਾਨ ਜੋ ਵੀ ਆ, ਕਿ ਮੈਨੂੰ ਸਰਕਾਰ ਵੱਲੋਂ ਜਾਂ ਤਾਂ ਸਕਿਉਰਟੀ ਦਿੱਤੀ ਜਾਵੇ, ਅਤੇ ਜਾਂ ਮੈਨੂੰ ਆਪਣੀ ਰੱਖਿਆ ਵਾਸਤੇ ਮੈਨੂੰ ਕੋਈ ਲਾਇਸੈਂਸੀ ਕੋਈ ਦਿੱਤਾ ਜਾਵੇ ਮੈਨੂੰ। ਇਹ ਭਗਵਾ ਸੈਨਾ 'ਚ ਬੜੇ ਐਕਟਿਵ ਨੇ, ਬੜੇ ਚਿਰ ਤੋਂ ਐਕਟਿਵ ਨੇ, 12 ਸਾਲ ਇਹਨਾਂ ਨੇ ਮੇਰੇ ਨਾਲ ਪਹਿਲਾਂ ਸ਼ਿਵ ਸੈਨਾ 'ਚ ਵੀ ਕੰਮ ਕੀਤਾ। ਅੱਜ ਇਹਨਾਂ ਨੂੰ ਜਿਹੜਾ ਰਾਤ ਕੱਲ੍ਹ 9:30 ਵਿੱਚ ਦੇ ਤਰਕੀਬ ਕੋਈ ਟਾਈਮ ਸੀ, ਉਹਦੇ ਵਿੱਚ ਕੁਛ ਅਣਪਛਾਤੇ ਲੋਕ ਆਉਂਦੇ ਨੇ, ਸਿੱਧੀ ਇਹਨਾਂ 'ਤੇ ਫਾਇਰਿੰਗ ਕਰਦੇ, 3 ਰਾਊਂਡ ਫਾਇਰ ਕਰਦੇ ਆ, ਇੱਕ ਇਹਨਾਂ ਨੂੰ ਲੱਗ ਜਾਂਦਾ ਅਤੇ ਅੱਜ ਹੋਸਪਿਟਲ ਜ਼ੇਰੇ ਇਲਾਜ ਨੇ। ਕੀ ਸਮਝਦੇ ਵਾਰ ਵਾਰ ਗੋਲੀਆਂ ਚੱਲਣ ਦੀ ਆਮ ਜਿਹੀ ਗੱਲ ਹੋ ਗਈ, ਕੀ ਸਮਝਦੇ? ਦੇਖੋ, ਇਹ ਸਾਫ਼ ਸੁਥਰੀ ਗੱਲ ਆ ਵੀ ਜਦੋਂ ਵੀ ਹਿੰਦੂ ਸਮਾਜ 'ਤੇ ਕੋਈ ਗੋਲੀ ਚੱਲਦੀ ਆ,
ਅਤੇ ਇਹਦੀ ਜਿਹੜੀ ਸਿੱਧੀ ਅਸੀਂ ਕਹਿ ਸਾਫ਼ ਤੌਰ 'ਤੇ ਕਹਿੰਦੇ ਵੀ ਇਹ ਉਹ ਲੋਕ ਨੇ ਜਿਹੜੇ ਦਿਖਦੇ ਨਹੀਂ ਆ ਪਰ ਸਾਨੂੰ ਟਾਰਗੇਟ ਕਰਦੇ ਨੇ। ਅਸੀਂ ਪ੍ਰਸ਼ਾਸਨ ਨੂੰ ਵਾਰ ਵਾਰ ਕਹਿੰਦੇ ਹਾਂ ਵੀ ਸਾਨੂੰ ਖਤਰਾ ਹੈ, ਸਾਨੂੰ ਖਤਰਾ ਹੈ, ਪਰ ਪ੍ਰਸ਼ਾਸਨ ਕਹਿੰਦਾ ਇੱਦਾਂ ਦੀ ਕੋਈ ਗੱਲ ਨਹੀਂ, ਪਰ ਜਦੋਂ ਸਾਡੇ ਬੰਦੇ ਨੂੰ ਗੋਲੀ ਲੱਗ ਜਾਂਦੀ ਹੈ ਜਾਂ ਉਹ ਮਰ ਜਾਂਦਾ ਹੈ ਫਿਰ ਪ੍ਰਸ਼ਾਸਨ ਨੂੰ ਉਹ ਖਤਰਾ ਦਿਖਣਾ ਪੈਂਦਾ ਅਤੇ ਸਾਨੂੰ ਸਿਕਿਉਰਟੀਆਂ ਪ੍ਰੋਵਾਈਡ ਕਰ ਦਿੰਦੀ ਆ। ਪਰ ਉੱਦਾਂ ਜਦੋਂ ਅਸੀਂ ਸ਼ਿਕਾਇਤਾਂ ਲੈ ਕੇ ਜਾਂਦੇ ਹਾਂ ਵੀ ਪ੍ਰਸ਼ਾਸਨ ਕਹਿੰਦਾ ਕੋਈ ਇੱਦਾਂ ਦੀ ਗੱਲ ਹੀ ਨਹੀਂ ਹੈਗੀ ਅਤੇ ਤੁਸੀਂ ਝੂਠ ਬੋਲਦੇ ਹੋ, ਪਰ ਅਸੀਂ ਪ੍ਰਸ਼ਾਸਨ ਨੂੰ ਅੱਜ ਪੁੱਛਣਾ ਚਾਹੁੰਦੇ ਹਾਂ ਇਹ ਗੋਲੀਆਂ ਸਾਡੇ 'ਤੇ ਕਿਉਂ ਚੱਲਦੀਆਂ, ਸਾਡੇ ਬੰਦੇ ਕਿਉਂ ਟਾਰਗੇਟ ਹੁੰਦੇ ਨੇ। ਕੁਝ ਦਿਨ ਪਹਿਲੇ ਲੁਧਿਆਣੇ ਵੀ ਸ਼ਿਵ ਸੈਨਾ ਦੇ ਆਗੂ ਨੂੰ ਹਮਲਾ ਕੀਤਾ ਗਿਆ, ਕੀ ਸਮਝ? ਵੇਖੋ ਜੀ, ਸਾਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ? ਮੈਂ ਤਾਂ ਵਾਰ ਵਾਰ ਕਹਿ ਰਿਹਾ ਪ੍ਰਸ਼ਾਸਨ ਨੂੰ ਇਹ ਸਵਾਲ ਪੁੱਛ ਰਿਹਾ ਹੈ, ਇਨਵੈਸਟੀਗੇਸ਼ਨ ਦਾ ਮਾਮਲਾ ਹੈ, ਮੈਂ ਕੁਛ ਕਹਿਣਾ ਨਹੀਂ ਚਾਹੁੰਦਾ ਵੀ ਇਸ ਚੀਜ਼ ਬਾਰੇ ਵੀ ਕੀ ਹੋ ਰਿਹਾ, ਪਰ ਗੋਲੀ ਤਾਂ ਚੱਲੀ, ਗੋਲੀ ਵੀ ਸਾਡੇ ਬੰਦੇ ਨੇ ਚੱਲੀ, ਭਗਵਾ ਸੈਨਾ ਦੇ ਸਾਡੇ ਸਿਪਾਹੀ 'ਤੇ ਚੱਲੀ, ਗੋਲੀ 'ਤੇ ਚੱਲੀ, ਮਾਰਨ ਦੀ ਕੋਸ਼ਿਸ਼ ਤਾਂ ਕੀਤੀ ਗਈ, ਇਹਦਾ ਜਵਾਬ ਕੌਣ ਦੇਗਾ? ਕੋਈ ਵੀ ਉੱਚ ਅਧਿਕਾਰੀ ਹਜੇ ਤੱਕ ਇੱਥੇ ਨਹੀਂ ਪਹੁੰਚਿਆ, ਪਰ ਜਦੋਂ ਸੰਗਠਨ ਪਹੁੰਚਣਗੇ ਇੱਥੇ ਗਹਿਮਾ ਗਹਿਮੀ ਹੋਏਗੀ ਤਾਂ ਫਿਰ ਸਾਰੇ ਪਹੁੰਚਣਗੇ, ਅਤੇ ਇਸ ਗੱਲ ਦੀ ਪ੍ਰਸ਼ਾਸਨ ਵੇਟ ਕਰ ਰਿਹਾ, ਛੇਤੀ ਤੋਂ ਛੇਤੀ ਜੇ ਸਾਨੂੰ ਰਿਜ਼ਲਟ ਨਾ ਮਿਲਿਆ ਤਾਂ ਅਸੀਂ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ। ਕਿੰਨੇ ਬੰਦੇ ਆਏ ਸੀ ਕੁਛ ਪਤਾ ਲੱਗਿਆ? ਕੋਈ ਸੀਸੀ ਵੀਡੀਓ ਸਾਡੇ ਕੋਲ ਹੈ, ਅਸੀਂ ਤੁਹਾਨੂੰ ਵੀਡੀਓ ਦੇ ਦਿੰਦੇ ਹਾਂ। ਇਹ ਵੀਡੀਓ 'ਚ ਦੋ ਬੰਦੇ ਨਜ਼ਰ ਆ ਰਹੇ ਜਿਹੜੇ ਗਨ ਕੋਕ ਕਰਦੇ ਪਏ ਆ ਅਤੇ ਸਿੱਧਾ ਅੰਦਰ ਜਾਂਦੇ ਅਤੇ ਉੱਤੇ ਅਟੈਕ ਕਰਦੇ ਰਹੇ, ਉੱਤੇ ਹਮਲਾ ਕਰ ਦਿੰਦੇ ਆ। ਅੱਜ ਵੀ ਗੋਲੀ ਉਹਦੇ ਅੰਦਰ ਆ, ਉਹਨੂੰ ਕੁਛ ਵੀ ਹੋ ਸਕਦਾ, ਪਰਮਾਤਮਾ ਉਹਦੀ ਜਾਨ ਬਖਸ਼ੇ, ਲੰਬੀ ਕਰੇ, ਉਹਦੇ ਛੋਟੇ ਛੋਟੇ ਬੱਚੇ ਆ, ਪਰ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ। ਪ੍ਰਸ਼ਾਸਨ ਕਹਿੰਦਾ ਵੀ ਹਿੰਦੂ ਸਮਾਜ ਪੰਜਾਬ 'ਚ ਸੁਰੱਖਿਅਤ ਆ, ਸਾਡਾ ਸਵਾਲ ਆ, ਦੋ ਦਿਨ ਨਹੀਂ ਲੰਘਦੇ ਸਾਡੇ 'ਤੇ ਹਮਲੇ ਕੀਤੇ ਜਾ ਰਹੇ ਆ, ਇਹ ਜਵਾਬ ਕੌਣ ਦੇਗਾ? ਪੰਜਾਬ ਦੇ DGP ਸਾਹਿਬ ਇੰਨੇ ਕਾਬਲ ਨੇ, ਕਿਉਂ ਨਹੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ? ਸਰਕਾਰਾਂ ਦੀ ਗਲਤੀ ਆ, ਰਾਤ ਦੀ ਗੋਲੀ ਵਜੇ ਇਹਦਾ ਕੋਈ ਪ੍ਰਸ਼ਾਸਨ ਤੁਹਾਡੇ ਕੋਲ ਕੋਈ ਅਧਿਕਾਰੀ ਕੋਈ ਨਹੀਂ? ਵੇਖੋ ਜੀ, SHO ਸਾਹਿਬ, DSP ਸਾਹਿਬ ਆਏ ਨੇ, ਆਪਣੀ ਫਾਰਮੈਲਿਟੀ ਕੀਤੀ, ਕੋਈ ਗਾਰਦ ਨਹੀਂ ਲਾਈ, ਜੇ ਉੱਥੇ ਹਮਲਾ ਹੋ ਸਕਦਾ ਹੈ ਤਾਂ ਇੱਥੇ ਕੋਈ ਹਮਲਾ ਨਹੀਂ ਹੋ ਸਕਦਾ? ਇਹ ਸਵਾਲ ਹੈ ਸਾਡਾ ਇਹਨਾਂ ਨੂੰ, ਜੇਕਰ ਇਹ ਆਪਣੀਆਂ ਚੀਜ਼ਾਂ ਤੋਂ ਨਹੀਂ ਹਟਦੇ ਤਾਂ ਸਾਨੂੰ ਫਿਰ ਕੋਈ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ, ਸੜਕਾਂ 'ਤੇ ਬਹਿਣਾ ਪਵੇਗਾ, ਹੋਰ ਕੀ ਆ? ਕੋਈ ਪੁਰਾਣੀ ਰੰਜਿਸ਼ ਵਗੈਰਾ ਤਾਂ ਨਹੀਂ ਕੋਈ ਹੈਗੀ ਸੀ? ਦੇਖੋ ਜੀ, ਇਨਵੈਸਟੀਗੇਸ਼ਨ SHO ਸਾਹਿਬ ਕਰਕੇ ਗਏ ਆ, ਉਹ ਗਾਂ ਵੀ ਵੇਖਦੇ ਪਏ ਆ, ਚੱਲਦੀ ਪਈ ਆ, ਠੀਕ ਆ, ਰੰਜਿਸ਼ ਨਿਕਲੇਗੀ, ਰੰਜਿਸ਼ ਦਾ ਮਾਮਲਾ ਹੋਏਗਾ, ਗੱਲ ਕਲੀਅਰ ਹੋ ਜਾਏਗੀ, ਪਰ ਹਾਲੇ ਤੱਕ ਸਾਡੇ ਬੰਦੇ ਨੂੰ ਕੋਈ ਗੋਲੀ ਮਾਰ ਗਿਆ ਜੋ ਸਾਨੂੰ ਦਿਖ ਰਿਹਾ ਹੈ, ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਹਨੂੰ ਕੋਈ ਵੀ ਸੁਰੱਖਿਆ ਉੱਥੇ ਕੋਈ ਵੀ ਇੱਕੋ ਹੀ ਮੁਲਾਜ਼ਮ ਨਹੀਂ ਲਾ ਕੇ ਦਿੱਤਾ ਗਿਆ ਕਿ ਉਹਨੂੰ ਕੋਈ ਖਤਰਾ ਨਹੀਂ ਰਿਹਾ ਗੋਲੀ ਤੋਂ ਬਾਅਦ। ਕਿਸੇ ਕੋਈ ਸ਼ੱਕ ਹੋਵੇ, ਕੋਈ ਪਛਾਣ 'ਚ ਆਇਆ ਕੋਈ? ਦੇਖੋ ਜੀ, ਪਛਾਣ ਕੋਈ ਨਹੀਂ ਆਈ, ਸਿਰਫ ਵੀਡੀਓ ਆਈ ਆ ਸਿਰ 'ਤੇ, ਜਿਹੜੇ ਉਹ ਮਹੱਲੇ ਬੰਨੇ ਆ ਜਿਹੜਾ ਕਵਰ ਕੀਤਾ ਆਪਣਾ ਮੂੰਹ ਕਵਰ ਕੀਤਾ ਵਾ। ਕਿੰਨੇ ਕੁ ਵਜੇ ਦਾ ਟਾਈਮ ਸੀ ਰਾਤ ਦਾ? 9:20 ਦਾ ਟਾਈਮ ਸੀ, ਇਹ ਉਦੋਂ ਹਮਲਾ ਹੁੰਦਾ ਵਾ, ਉਹ ਆਪਣੇ ਇੱਕ ਜਿਹੜਾ ਵਪਾਰ ਕਰ ਰਿਹਾ ਸੀ ਬੈਠਾ ਸੀ, ਸਿੱਧੀ ਆ ਕੇ ਉਹਨੂੰ ਗੋਲੀ ਮਾਰ ਦੇਣੀ, ਇਹ ਕਿੱਥੋਂ ਦੀ ਗੱਲ ਆ, ਕਿੱਥੋਂ ਦਾ ਇਨਸਾਫ? ਇਹਦਾ ਮਤਲਬ ਪੰਜਾਬ ਸੁਰੱਖਿਅਤ ਨਹੀਂ ਆ, ਹਿੰਦੂ ਇੱਥੇ ਸੁਰੱਖਿਅਤ ਨਹੀਂ ਆ? ਸਾਨੂੰ ਉੱਦਾਂ ਹੀ ਕਹਿ ਦਿਓ, ਸਾਨੂੰ ਉੱਦਾਂ ਹੀ ਕਹਿ ਦਿਓ, ਅਸੀਂ ਤੁਹਾਡੀ ਸੁਰੱਖਿਆ ਨਹੀਂ ਕਰ ਸਕਦੇ, ਅਸੀਂ ਪੰਜਾਬ ਛੱਡ ਦਿੰਦੇ ਹਾਂ, ਸਾਫ਼ ਸੁਥਰੀ ਗੱਲ ਕਰੋ ਸਾਡੇ ਨਾਲ, ਪਰ ਇੱਦਾਂ ਦੇ ਜਿਹੜੇ ਨਾਟਕ ਆ, ਵਾਰ ਵਾਰ ਸੁਰੱਖਿਆ ਦੇ ਦੇਣੀ, ਵਾਪਸ ਲੈ ਲੈਣੀ, ਸਾਡੇ ਬੰਦਿਆਂ ਨੂੰ ਜਾ ਕੇ ਪੁੱਛਣਾ ਵੀ ਨਹੀਂ, ਇਹ ਤਾਂ ਸਵਾਲ ਹੈ ਨਾ ਇਹਨਾਂ 'ਤੇ। ਜਦੋਂ ਸਾਡੇ ਬੰਦਿਆਂ ਨੂੰ ਕੁਝ ਹੋ ਜਾਂਦਾ ਫਿਰ ਉਹਨਾਂ ਨੇ ਕਿੰਨੇ ਕਿੰਨੇ ਗਨਮੈਨ ਘਰਦਿਆਂ ਨੂੰ ਦੇ ਦਿੰਦੇ ਆ, ਉਹ ਗਨਮੈਨ ਘਰਦਿਆਂ ਨੇ ਕੀ ਕਰਨੇ ਆ ਜਿਹਨੂੰ ਜ਼ਰੂਰਤਾਂ ਨੂੰ ਦਿੰਦੇ ਨਹੀਂ ਆ? ਇਹ ਗੱਲਾਂ ਸਾਡੀਆਂ ਬੜੀਆਂ ਸੋਚਣ ਵਾਲੀਆਂ ਹੈ, ਸਰਕਾਰ ਨੂੰ ਸੋਚਣਾ ਚਾਹੀਦੀਆਂ, ਅਫਸਰਾਂ ਨੂੰ ਸੋਚਣੀਆਂ ਚਾਹੀਦੀਆਂ। ਰਾਤੀ ਕੋਈ 9:30 ਦੀ ਗੱਲ ਹੈ, 9:15 ਦੀ, ਕੋਈ ਦੋ ਬੰਦੇ ਆਉਂਦੇ ਆ, ਪਿਸਟਲ ਕੱਢਦੇ ਆ, ਉਹ ਆਪਣੇ ਸ਼ੋਰੂਮ 'ਤੇ ਬੈਠਾ ਹੋਇਆ, ਉਹਨਾਂ ਨੇ ਫਾਇਰਿੰਗ ਕੀਤੀ, ਚਲੋ ਇੱਕ ਗੋਲੀ ਉਹਨਾਂ ਦੇ ਵੱਜੀ, ਇੱਥੋਂ ਵੱਜੀ, ਇੱਥੇ ਹੀ ਹਾਲੇ ਗੋਲੀ ਵਿੱਚ ਹੀ ਆ, ਗੋਲੀ ਡਾਕਟਰਾਂ ਕੱਢੀ ਨੇ। ਪਰ ਇੱਕ ਸਵਾਲ ਖੜ੍ਹਾ ਹੁੰਦਾ ਇੱਥੇ, ਦਿਨੋਂ ਦਿਨ ਪੰਜਾਬ ਦੇ ਹਾਲਾਤ ਜਿਹੜੇ ਆ ਵਿਗੜ ਰਹੇ ਆ, ਉਹਦੇ ਲਈ ਸਰਕਾਰ ਪ੍ਰਸ਼ਾਸਨ ਕੀ ਕਰ ਰਿਹਾ? ਇਹ ਪ੍ਰਸ਼ਾਸਨ ਨੂੰ ਵੇਖਣਾ ਪੈਣਾ, ਜਿਹੜੇ ਹਿੰਦੂ ਲੀਡਰਾਂ ਦੇ ਰੋਜ਼ ਹਾਲੇ ਲੁਧਿਆਣੇ ਵਾਲੀ ਘਟਨਾ, ਕੋਈ ਜ਼ਿਆਦਾ ਚਿਰ ਨਹੀਂ ਹੋਇਆ ਉਹਨੂੰ, ਅੱਜ ਅੰਮ੍ਰਿਤਸਰ ਦੇ ਵਿੱਚ ਘਟਨਾ ਹੋ ਗਈ ਲੁਧਿਆਣੇ, ਇਹ ਪ੍ਰਸ਼ਾਸਨ ਨੂੰ ਐਂ ਇੱਕ ਤਰ੍ਹਾਂ ਚੰਗੀ ਤਰ੍ਹਾਂ ਸਫਾਇਆ ਕਰਨਾ ਪੈਣਾ। ਸਿਕਿਉਰਟੀਆਂ ਵੱਲੋਂ ਵੇਖ ਲਓ, ਸਿਕਿਉਰਟੀ ਜਦੋਂ ਕਿਸੇ ਹਿੰਦੂ ਸੰਗਠਨ ਕੋਲ, ਕਿਸੇ ਲੀਡਰ ਕੋਲ ਸਿਕਿਉਰਟੀ ਹੁੰਦੀ ਆ, ਇਹੋ ਇਹਨਾਂ ਨੂੰ ਨਜ਼ਰ ਆਉਂਦੀ ਆ, ਇੱਕ ਦੋ ਬੰਦੇ ਨਜ਼ਰ ਆਉਂਦੇ ਆ,
ਦੇਖੋ ਸਿਕਿਉਰਿਟੀ ਪੱਖੋਂ ਜਾਈਏ ਤਾਂ ਸਿਕਿਉਰਿਟੀ ਕੀ ਗੱਲ ਆ, ਸ਼੍ਰੋਮਣੀ ਕਮੇਟੀ ਮੈਂਬਰਾਂ ਕੋਲ ਨਹੀਂ ਹੈਗੀ, ਕਾਂਗਰਸੀਆਂ ਕੋਲ ਹੈ ਨਹੀਂ, ਅਕਾਲੀਆਂ ਕੋਲ ਹੈ ਨਹੀਂ, ਕ੍ਰਿਸਚਨ ਪਾਸਟਰਾਂ ਕੋਲ ਹੈ ਨਹੀਂ, ਕਿਸੇ ਮੁਸਲਮਾਨ ਲੀਡਰ ਕੋਲ ਹੈ ਨਹੀਂ, ਉਹ ਨਹੀਂ ਦੀਦੀਆਂ ਇਹਨਾਂ ਨੂੰ, ਸਿਰਫ ਹਿੰਦੂ ਲੀਡਰਾਂ ਦੀਆਂ ਸਿਕਿਉਰਟੀਆਂ ਦਿੱਤੀਆਂ ਜਿਹੜੀਆਂ ਦਿਨੋਂ ਦਿਨ ਘਟਾ ਰਹੇ ਆ। ਇਹਦਾ ਮਤਲਬ ਕੀ ਹੋਇਆ ਕਿ ਪ੍ਰਸ਼ਾਸਨ ਆਪ ਚਾਹੁੰਦਾ ਕਿ ਇਹਨਾਂ ਦੇ ਹਮਲੇ ਹੋਣ, ਫਿਰ ਹਥਿਆਰ ਪੰਜਾਬ ਦੇ ਵਿੱਚ ਇੰਨਾ ਕੁ ਆ ਗਿਆ ਕਿ ਜਣਾ ਖਣਾ ਪਿਸਟਲ ਜੇਬ 'ਚ ਪਾ ਕੇ ਘੁੰਮਦਾ ਫਿਰਦਾ। ਇਹ ਪੁਲਿਸ ਨੂੰ ਥੋੜ੍ਹਾ ਜਿਹਾ ਇਹਨਾਂ ਨੂੰ ਪਾਵਰ ਦੇਵੇ ਸਰਕਾਰ, ਥੋੜ੍ਹਾ ਜਿਹਾ ਇਹ ਆਪਣਾ ਮਾਹੌਲ, ਨਹੀਂ ਤਾਂ ਦਿਨੋਂ ਦਿਨ ਵਿਗੜੇਗਾ। ਕੁਛ ਦਿਨ ਪਹਿਲਾਂ ਵੀ ਲੁਧਿਆਣੇ ਦੇ ਵਿੱਚ ਵੀ ਸ਼ਿਵ ਸੈਨਾ ਆਗੂ 'ਤੇ ਵੀ ਹਮਲਾ ਕੀਤਾ ਗਿਆ। ਬਿਲਕੁਲ ਜੀ, ਉਹ ਤਾਂ ਇੱਕ ਬੜੀ ਮਦਭਾਗੀ ਘਟਨਾ ਕਹਿ ਸਕਦੇ ਹਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਪਣੇ ਉਸ ਟਾਈਮ 'ਤੇ ਜਦੋਂ ਮੁਸਲਿਮ ਨਾਲ ਯੁੱਧ ਹੁੰਦੇ ਸੀ, ਉਹਨਾਂ ਨੇ ਇੱਕ ਫੌਜ ਤਿਆਰ ਕੀਤੀ ਸੀ, ਸ਼ਸਤਰਧਾਰੀ ਫੌਜ, ਹੈ ਨਾ, ਗੁਰੂ ਨੇ ਆਪਣਾ ਖਾਲਸਾ ਬਣਾਇਆ ਸੀ ਉਹ, ਅਤੇ ਅੱਜ ਇਹਨਾਂ ਨੇ ਇੱਕ ਹਿਸਾਬ ਦਾ, ਉਦੋਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਇੱਕ ਸਿੰਘ ਜਿਹੜਾ 1.25 ਲੱਖ ਦੇ ਬਰਾਬਰ ਆ, ਇੱਕ 79 ਬੰਦੇ ਨੂੰ ਘੇਰ ਕੇ, ਇਹਦਾ ਮਤਲਬ ਫਿਰ 54 ਜਣਿਆਂ ਹਮਲਾ ਕੀਤਾ, ਕਿੰਨੇ ਲੱਖ ਹੋ ਗਏ ਉਹ, 4-5 ਲੱਖ ਹੋ ਗਿਆ, ਹੈ ਨਾ। ਮਤਲਬ ਇਹ ਇੱਕ ਬੰਦਾ ਇਕੱਲਾ ਨਿਹੱਤਾ ਗਾੜੀਓਂ ਹੱਥ ਜੋੜ ਰਿਹਾ, ਉਹਦੇ 'ਤੇ ਹਮਲਾ ਕਰਨਾ ਕਿਰਪਾਨਾਂ ਨਾਲ, ਕੀ ਗੱਲ, ਇਹੋ ਹੀ ਹੁਣ ਸਿੰਘ ਰਹਿ ਗਏ। ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਭਾਜੀ ਤੁਸੀਂ? ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਜੀ ਕਿ ਇਹਨਾਂ ਦੀਆਂ ਗ੍ਰਿਫਤਾਰੀਆਂ ਕਰੋ ਜਲਦੀ ਜਲਦੀ, ਜਿਹਨੇ ਵੀ ਹਮਲਾ ਕੀਤਾ ਫੜ ਕੇ ਉਹਨੂੰ ਅੰਦਰ ਦਿਓ। ਅਗਰ ਨਾ ਮਸਲਾ ਲਾਇਆ ਤਾਂ ਅਗਲਾ ਨਾ ਮਸਲਾ ਆਇਆ ਫਿਰ ਅਸੀਂ ਆਪਣਾ ਹਲਾਪ ਕਰਾਂਗੇ।